ओहो गर्मी बड़ी है यार। चल घरे चलते हूँ, पानी तो नहीं पीने जाके टाइम लेने। ओ यार कहने बेबे ने जाके चाह, सवेर दी रोटी नहीं खाधी, भुख लगी पैया। बेबे लिया बेबे चाह पानी कोई, बहुत तेज लगी आ। ਹੋਰ ਪੁੱਤਰ ਤੇ ਮੱਕੀ ਮੁੱਕੀ ਵਧੀਆ ਖੜੀ ਆਪਣੀ? ਹਾਂ ਬੇਬੇ ਪੂਰੀ ਵਧੀਆ। ਚਾਰ ਪਾਉਣ ਵਾਲੀ ਬਣ ਗਈ ਉਹ? ਨਾ ਨਾ ਹਾਲੇ ਤਾਂ ਬੇਬੇ ਛੋਟੀ ਆ। ਚਾਰ ਚੂਰ ਕਿਤੇ ਬਸ ਹੁਣ ਕੱਲ੍ਹ ਜਾਂ ਪਰਸੋਂ ਨੂੰ ਪਾਣੀ ਲੱਗਦਾ। ਚਾਰ ਚੂਰ ਪਾ ਲਾ ਵਧੀਆ ਲਾ ਲਾਂਗੇ ਝੋਨਾ ਦਾ ਬੇਬੇ, ਕੋਈ ਨੀ ਉਹ ਤਾਂ ਪਛੇਤਾ ਹੀ ਲਾਵਾਂਗੇ। ਮੈਂ ਸੋਚਦਾ ਸੀ ਬੇਬੇ ਕੋਈ ਘਰ ਬਾਰ ਦਾ ਜਾਂ ਵਿਆਹ ਦਾ ਕਰਕੇ ਕੋਈ ਹਿੱਲਾ। ਚੱਲ ਭਾਈ ਉਹਨੂੰ ਪੁੱਛ ਜੱਸੇ ਨੂੰ, ਕੋਈ ਰਿਸ਼ਤਾ ਰੁਸ਼ਤਾ ਕਰਾ ਦੂਗਾ ਤੈਨੂੰ। ਮੈਂ ਇੱਥੇ ਹੁਣ ਕੰਮ ਨਹੀਂ ਹੁੰਦਾ ਭਰਾਵਾ, ਮੈਂ ਤਾਂ ਆਪੇ ਡਿੱਗਦੀ ਫਿਰਦੀ ਹਾਂ ਸੱਟਾਂ ਖਾ ਖਾ ਕੇ। ਚੱਲ ਕੋਈ ਨਹੀਂ ਬੇਬੇ ਮੈਂ ਲਿਆਊਂਗਾ, ਤੂੰ ਗੱਲ ਤੂੰ ਹੀ ਕਰ ਲਈ ਫਿਰ ਮੈਂ। ਹਾਂ ਜਾ ਕੇ ਲਿਆ, ਮੈਂ ਸੱਦ ਲਿਆ ਉਹਨੂੰ। ਸੱਦ ਲਿਆ। ਚੱਲ ਚੰਗਾ ਬੇਬੇ ਫਿਰ ਮੈਂ ਲਿਆਉਣਾ ਉਹਨੂੰ ਜੱਸੇ ਨੂੰ। ਹੋਰ ਲਿਆ। ਚੱਲ ਪਤਾ ਨਹੀਂ ਯਾਰ ਜੱਸਾ ਘਰੇ ਹੋਊਗਾ ਕਿ ਨਾ। ਓ ਜੱਸਿਆ ਜੱਸਿਆ ਵੇ, ਓ ਆ ਜਾ, ਕਿਵੇਂ ਆ? ਠੀਕ ਆ। ਹੋਰ ਫਿਰ? ਓ ਯਾਰ ਮੈਂ ਤੈਨੂੰ ਐਂ ਕਹਿਣਾ ਸੀ ਕਿ ਮੈਂ ਵੀ ਯਾਰ ਆਪਣਾ ਰਿਸ਼ਤਾ ਕਰਾ ਦੇ ਯਾਰ, ਵਿਆਹ ਕਰਾ ਦੇ ਮੇਰਾ। ਦੇਖ ਲਾਂਗੇ। ਹੋਰ ਕਦੇ ਰੋਟੀਆਂ ਨਹੀਂ ਪਕਦੀਆਂ ਭਰਾਵਾ, ਬੇਬੇ ਔਖੀ ਸੀ ਯਾਰ। ਦੇਖ ਲਾਂਗੇ ਹੋਇਆ ਜੇ ਕੋਈ ਰਿਸ਼ਤਾ ਤਾਂ ਕਰਾ ਦਾਂਗੇ। ਅੱਜ ਡਿੱਗ ਪਈ ਸੀ ਯਾਰ, ਉਹ ਖੂਨ ਨਿਕਲ ਲੱਗ ਗਿਆ ਬਾਅਦ ਚੋਂ। ਆ ਯਾਰ ਬੇਬੇ ਕੋਲ ਹੀ ਚੱਲਦੇ ਹਾਂ ਫਿਰ ਆਪਾਂ, ਚੱਲ ਚਾਹ ਪੀਣ ਪੀਂਦੇ ਹਾਂ। ਚੱਲ ਗਰਮੀ ਵਾਲੀ ਹੋ ਗਈ ਨਾ। ਓ ਹੋ ਰੇ ਯਾਰ ਮੀਂਹ ਪਾ ਲੈਣਾ ਵਧੀਆ ਗੱਲ ਹੈ। ਬੇਬੇ ਆ ਜਾ ਵੀ ਵਿਚੋਲਿਆ। ਬੇਬੇ ਆਹੀ ਆ ਜੱਸਾ। ਚੱਲ ਭਾਈ ਕਰਾ ਕੋਈ ਸਾਕ ਜੱਸਿਆ, ਸਾਡੇ ਮੁੰਡੇ ਨੂੰ ਸਾਕ ਕਰਾ ਕਰਾ ਦਿੰਦੇ ਹਾਂ ਬੇਬੇ। ਹੈਂ ਵਧੀਆ ਹੋਵੇ ਭਰਾਵਾ, ਹੁਣ ਮੈਂ ਇੱਥੇ ਕੰਮ ਨਹੀਂ ਹੁੰਦਾ ਹੈਗਾ ਕੋਈ, ਕੋਈ ਰੋਟੀ ਪੱਕਦੀ ਹੋ ਜੇ ਸਾਡੀ। ਕੋਈ ਨਹੀਂ ਦੇਖ ਲਾਂਗੇ, ਕੋਈ ਦੇਖਾਂਗੇ ਕੋਈ। ਛੇਤੀ ਕਰਾ ਭਰਾਵਾ, ਵਾਲੇ ਔਖੇ ਆ ਫਿਰ ਤਾਂ। ਹੋਰ ਸੱਟ ਵੱਜੀ ਮੇਰੇ ਤਾਂ ਆਪ ਬਾਂਹ ਤੇ। ਕੋਈ ਬੇਬੇ ਐਂ ਕਰ ਤੂੰ ਚਾਹ ਲੈ ਕੇ ਆ ਫਿਰ। ਅੱਛਾ ਹਾਂ ਵੀ ਫਿਰ ਤੈਨੂੰ ਬਿੱਲਿਆ ਕਿੰਨੀ ਜ਼ਮੀਨ ਆਉਂਦੀ ਆ? ਉਹ ਯਾਰ ਬਾਈ ਬਸ ਵੀ ਆਪਣਾ 4 ਕਿੱਲੇ ਆ। 4? ਊਂ ਤਾਂ ਬੇਬੇ ਠੀਕ ਆ ਵੀ ਘਰ ਬਾਰ ਵੀ ਵਧੀਆ ਤੁਹਾਡਾ, ਵੀ ਊਂ ਜ਼ਮੀਨ ਦਾ ਥੋੜ੍ਹਾ ਜਿਹਾ ਰੌਲਾ ਪਊਗਾ ਤੁਹਾਡਾ, ਵੀ ਥੋੜ੍ਹੀ ਆ ਜ਼ਮੀਨ ਨਾ ਵੀ। ਉਹ ਕਿੰਨੀ ਭਾਲਦੇ ਆ? ਉਹ ਤਾਂ ਭਾਲਦੇ ਆ 10-12 ਕਿੱਲੇ। ਹਾਂ 4 ਕਿੱਲੇ ਆ ਭਰਾਵਾ, ਦੇਖ ਲਾ ਤੇਰੀ ਮਰਜ਼ੀ ਹੈ। ਹਾਂ ਤੇ ਵੀ ਊਂ ਤਾਂ ਔਖਾ ਸੌਖਾ ਤਾਂ ਮੈਂ ਕਰਾ ਤਾਂ ਦਊਂਗਾ, ਵੀ ਇੱਕ ਤਾਂ ਛਾਂਪ ਲੱਗੂ ਖਾਣ ਪੀਣ ਕਰ ਦਿਓ, ਵੀ ਇੱਕ ਤਾਂ ਛਾਂਪ ਤੇ ਤੋਲੇ ਦੀ ਤੇ 70,000 ਰੁਪਇਆ। ਬਾਈ ਉਹ ਤਾਂ ਤੂੰ ਟੈਨਸ਼ਨ ਨਾ ਲੈ, ਮੈਂ ਕਰ ਦਊਂਗਾ। ਕੋਈ ਉਹ ਤਾਂ ਕਰ ਦਊਗਾ ਫਿਰ, ਬਾਕੀ ਫਿਰ ਕਰਾ ਦੇਣ ਦੇਖ ਲਾਂਗੇ, ਫਿਰ ਪੁੱਛ ਲਾਂਗੇ। ਰਾਈਂ ਗਸੱਲੀ ਵਾਲਾ ਭਰਾਵਾ ਰੋਟੀ। ਹਾਂ ਬਾਈ ਰੋਟੀ ਪੱਕਦੀ ਕਰਨੀ ਆ ਸੀ। ਕੋਈ ਹਾਂ ਕੋਈ ਨਹੀਂ ਕੋਈ ਨਹੀਂ, ਉਹਨਾਂ ਨਾ ਹੋਵੇ ਵੀ 2 ਦਿਨ ਆ ਕੇ ਤੇ ਭੱਜ ਦੇ ਕਰੀ ਜਾ। ਉਹ ਤਾਂ ਵਧੀਆਗਾ, ਫਸਾ ਲੈਣੇ ਇਹਨਾਂ ਨੂੰ ਤੇ ਨਾਲੇ ਦਾ 70,000 ਰੁਪਇਆ ਬੰਦਾ ਤੇ ਨਾਲੇ ਬੰਦੀ ਆ ਸ਼ਾਂਪ ਤੋਲੇ ਦੀ। ਚਲ ਵਧੀਆ ਗੱਲ ਆ। ਕੀ ਕਿਹਾ ਬਾਈ? ਉਹ ਮੈਂ ਤਾਂ ਐਂ ਕਹਿਣਾ ਮੈਂ ਵੀ ਕਰਾ ਦਾਂਗੇ ਰਿਸ਼ਤਾ, ਪੁੱਛ ਲਾਂਗੇ। ਮੈਂ ਐਂ ਸੋਚੀ ਜਾਂਦਾ ਸੀਗਾ ਮੈਂ ਵੀ ਕਿਵੇਂ ਗੱਲ ਕਰਾਂ ਉਹਨਾਂ ਨਾਲ। ਚੱਲ ਚੰਗਾ ਬੇਬੇ ਫਿਰ ਮੈਂ ਜਾਣਾ ਡੰਗਰ ਪਸ਼ੂ ਸਾਂਭਣੇ। ਚੰਗਾ ਚੱਲ ਚੰਗਾ ਫਿਰ ਓਏ। ਚੰਗਾ ਚੰਗਾ ਫਿਰ ਚੱਲੀ ਗਈ ਯਾਰ। ਹਾਂ ਠੀਕ ਹੈ। ਕਿੱਧਰੇ ਹਲੇ? ਕਿਤੇ ਨਹੀਂ ਯਾਰ, ਇਹਦਾ ਕੰਮ ਗਿਆ ਸੀਗਾ ਕਿਤੇ। ਕੀ ਕੰਮ ਗਿਆ ਸੀ? ਗਿਆ ਸੀ ਕੰਮ। ਕੋਈ ਕੰਮ ਦੱਸ ਦੇ ਯਾਰ ਮੈਨੂੰ ਵੀ। ਉਹ ਸੀਗਾ ਕਿੱਥੇ ਜਾ ਕੇ ਆਇਆ ਸੀ ਯਾਰ? ਆਂ ਤੇਰਾ ਦੱਸ ਦੇ। ਓਏ ਬਿੱਲ ਲੈ ਕੇ ਜਾ ਕੇ ਆਇਆ ਸੀਗਾ ਯਾਰ। ਜਾ ਬਹਿ ਜਾ ਬਹਿ ਜਾ ਇੱਥੇ।
गरीब है गा। मैं चल कहना मेनू सद के ले गया घरों कहना रिश्ता करा दे। अच्छा ते मैं क्या चल देख लेने कोई ते मैं वधिया चल आप भी पिछो टांका ला जाएंगे खा जाए होर फिर आप की फिर आप होर तो कोई इन्ना है नहीं आप काम च कोई तो वधिया वेले बैठे खाने नाले तो मैं दसी ना किसी नूं इह गल ना ना नहीं दादा तू मेरा यार है मैं तैनूं तां दसदा गल हां कोई ना तां यार वधिया मैं तो बड़ा चंग तगड़ा टांका ला यार इन्हां ते किवें ओए 70,000 रुपया तो ऊं लऊंगा अच्छा तोले दी छाप लऊंगा ठीक है नाले आए नहीं कोई ऐवें चक के फड़ा देंगे कोई कुड़ी जी का रिश्ता करा देंगे उई का तो भावें बाद इन्हों छालों चकई जाए अपन कोई चक्कर नहीं आप पैसे लगे 2-3 महीने की फिर बस बाद चो आवे 2-3 महीने बाद उदू टिकट का हो जू सारा चल भरा हूँ तू लाजगढ़ मैं चलिया फिर होर चल चंगा फिर ठीक है चल हूं तू भी कर दे हूं हूँ कुछ नहीं बस यार कोई काम कुम मिलते नहीं चल चंगा छगन दा पै गया हुण तेरी रकम ਛਾਂ ਵੀ ਵੇਚੀ ਐ ਦੇ ਹਾਂ ਹਾਂ ਡੱਬੀ ਹੈਗੀ ਆ ਚੱਲ ਠੀਕ ਆ ਫਿਰ ਚੱਲ ਚੰਗਾ ਫਿਰ ਹੋਰ ਫਿਰ ਬੇਬੇ ਹੁਣ ਵਿਆਹ ਵੀ ਕਦੋਂ ਕਰਨਾ ਗਾ ਹੁਣ ਵਿਆਹ ਤਾਂ ਕਰਨਾ ਸੀਗਾ ਪੈਸੇ ਤਾਂ ਸਾਰੇ ਤੂੰ ਲੈ ਗਿਆ ਸੀ ਵਿਆਹ ਕਾਹਦੇ ਨਾਲ ਕਰਾਂਗੇ ਹੁਣ ਸਾਲ ਨੂੰ ਕਰਾਂਗੇ ਫਸਲ ਆਊਗੀ ਕੋਈ ਚੱਲ ਦੇਖ ਲਾਂਗੇ ਕੋਈ ਨਹੀਂ ਹਾਂ ਤੂੰ ਪੈਸੇ ਘਟਾ ਲਾ ਥੋੜੇ ਘਣੇ ਕਰ ਲਾਂਗੇ ਨਾ ਬੇਬੇ ਫਿਰ ਪੈਸੇ ਘਟਾ ਕੇ ਨਹੀਂ ਬਣਦਾ ਕੁਛ ਹਾਂ ਕਿਵੇਂ ਨਹੀਂ ਬਣਦਾ ਕੁਛ ਨਾ ਨਾ देखो चल हुण जे रिश्ता कराया जे हिसाब नाल पैसे लेके गया ना बड़े ले गया चलो ओहदा दीन मान जाने पैसे भी नहीं दुखदे चल फिर मैं कर दा खेत गेड़ा मारे ਮਾਦਾ ਸਕੀਮ ਉਹ ਸਾਂਪ ਵੀ ਆ ਤੂੰ ਤੇ ਹੋਰ ਮਾਦਾ ਸਕੀਮ ਨੂੰ ਹਾਂ ਕੁੰਡੀ ਤਾਂ ਤਗੜੀ ਲਾਈਦੀ ਹੈ ਬਸ ਹਾਂ ਓਏ ਤਾਂ ਐਂ ਹੋ ਗਿਆ ਕੰਮ ਇਹਦਾ ਪਹਿਲਾਂ ਤਾਂ ਮੈਂ ਤਾਂ ਹੀ ਲੈਣ ਗਿਆ ਪੈਸੇ ਇਹਦਾ ਉਹਦੇ ਬਾਅਦ ਜਦੋਂ ਇਹਦਾ ਛਗਣ ਕਰਤਾ ਉਹ ਤੋਂ ਬਾਅਦ ਲੈਣ ਗਿਆ ਮੈਂ ਪੈਸੇ ਚੱਲ ਚੰਗਾ ਹੁਣ ਮੈਂ ਸਾਂਭਦਾ ਫਿਰ ਚੱਲ ਠੀਕ ਆ ਫਿਰ ਚੰਗਾ ਮੈਂ ਵੀ ਚੱਲਦਾ ਯਾਰ ਇਹ ਤਾਂ ਸਕੀਮ ਲਾ ਗਿਆ ਯਾਰ ਗਰੀਬਾਂ 'ਤੇ ਸਾਲਿਆ ਬਹੁਤੇ ਪੈਸੇ ਲੈ ਗਿਆ ਯਾਰ ਮੈਨੂੰ ਵੀ ਕੋਈ ਸਕੀਮ ਲਾਉਣੀ ਪਊ ਫਿਰ ਚੱਲ ਉਹਨਾਂ ਦੇ ਘਰੇ ਹੁਣ 10 ਘੰਟੇ ਬੇਬੇ ਕੋਲ ਚੱਲਦੇ ਹਾਂ ਚੱਲੇ ਹਾਲੇ ਸਤਿ ਸ਼੍ਰੀ ਅਕਾਲ ਬੇਬੇ ਕਿਵੇਂ ਗੁਰਨੂਰ ਠੀਕ ਹੈ ਠੀਕ ਹੈ ਉਹ ਬਾਬਾ ਮੈਂ ਤਾਂ ਐਂ ਕਹਿਣਾ ਸੀ ਯਾਰ ਉਹ ਜਿਹੜਾ ਜੱਸਾ ਗਾ ਹਾਂ ਉਹ ਕਹਿੰਦਾ ਮੈਂ ਤੁਹਾਡੇ ਘਰੇ ਜਾ ਕੇ ਆਇਆ ਹਾਂ ਉਹ ਤੁਹਾਡੇ 'ਤੇ ਕੁੰਡੀ ਲਾ ਗਿਆ ਕਿਵੇਂ ਹੋਏ ਉਹ ਸਕੀਮ ਵਰਤ ਗਿਆ ਤੁਹਾਡੇ 'ਤੇ ਕਿਹੜੇ ਲੋਟ ਐਂ ਬਈ ਰਿਸ਼ਤਾ ਕਰਾਇਆ ਸੀ ਤੁਹਾਡਾ ਹਾਂ ਤੁਹਾਡੇ ਤੋਂ ਪੈਸੇ ਨੱਪ ਗਿਆ ਉਹ
ਹੋਰ ਠੱਗੀ ਮਾਰ ਗਿਆ ਤੁਹਾਡੇ ਨਾਲ ਹੁਣ ਕੀ ਕਰ ਗਿਆ ਫਿਰ ਉਹ ਤਾਂ ਮੇਰੇ ਕੋਲ ਪਹਿਲੇ ਦਿਨ ਆਇਆ ਸੀ ਕਿਵੇਂ ਜਦੋਂ ਤੂੰ ਉਹਨੂੰ ਲੈ ਕੇ ਆਇਆ ਸੀ ਹਾਂ ਉਹ ਮੇਰੇ ਕੋਲ ਆਇਆ ਵੀ ਕਹਿੰਦਾ ਮੈਂ ਤਾਂ ਉਹਨਾਂ ਦੇ ਸਕੀਮ ਵਰਤ ਗਿਆ ਹਾਂ ਵੀ ਹੁਣ ਮੈਂ ਉਹਨਾਂ ਤੋਂ ਪੈਸੇ ਫੜ ਕੇ ਨਾ ਤੇ ਬਾਹਰ ਉੱਡ ਜੂ ਸ਼ੇਰ ਕਹਿੰਦਾ ਫਿਰ ਉੱਥੋਂ ਆਉਂਦਾ ਹੀ ਨਹੀਂ ਐਡੀ ਵੱਡੀ ਗੱਲ ਕਰਕੇ ਹੋਰ ਯਾਰ ਕਹਿੰਦਾ ਮੈਂ ਤਾਂ ਉਹੀ ਰਿਸ਼ਤਾ ਜਾਂ ਕੁੜੀ ਨਾਲ ਕਿਸੇ ਕੁੜੀ ਉਹੀ ਲੱਭ ਲਾਂਗੇ ਉਹੀ ਕਰਾ ਦਾਂਗੇ ਮਾੜੀ ਵਾਲੀ ਭੜੀ ਲਾ ਗਿਆ ਮਾੜੀ ਗੱਲ ਆ ਫਿਰ ਠੱਗੀ ਮਾਰ ਗਿਆ ਤਾਂ ਹੋਰ ਯਾਰ ਮਸਾਂ ਪੈਸੇ ਇਕੱਠੇ ਕਰੇ ਸੀ ਅਸੀਂ ਤਾਂ ਹੋਰ ਯਾਰ ਤਾਂ ਚੰਗਾ ਮੈਂ ਹੋਰ ਵਿਚੋਲਾ ਲੱਭ ਲੈਂਦਾ ਹੋਰ ਉਹ ਯਾਰ ਮੈਂ ਤਾਂ ਹੁਣ ਨਾ ਬਸ ਉਹਨੂੰ ਟੱਕਰ ਦੇ ਮੈਨੂੰ ਹੋਰ ਨਾ ਯਾਰ ਦੇਖੀ ਤੂੰ ਗਰਮ ਨਾ ਸਖਾਣਾ ਬਣਦਾ ਕੱਲ ਨੂੰ ਕਿਸੇ ਹੋਰ ਬੰਦੇ ਨਾਲ ਇਹ ਜਾ ਕਰੂਗਾ ਹੋਰ ਯਾਰ ਮੈਂ ਵੀ ਨਾਲ ਆ ਤੇਰੇ ਹੋਰ ਮੈਂ ਵੀ ਤੇਰੇ ਨਾਲ ਹੀ ਆ ਕੋਈ ਨਾ ਚੱਲ ਚੰਗਾ ਫਿਰ ਮੈਂ ਤੈਨੂੰ ਫੋਨ ਕਰੂੰਗਾ ਕੋਈ ਨਾ ਜੇ ਮਿਲਿਆ ਠੀਕ ਆ ਜੇ ਮੈਂ ਯਾਰ ਜੇ ਲੱਭ ਗਿਆ ਮੈਨੂੰ ਫੋਨ ਮਾਰ ਦੀ ਤੂੰ ਐ ਕਰੀ ਨੇੜੀ ਰਹੀ ਸਾਡੇ ਘਰ ਦੇ ਮੈਂ ਤੈਨੂੰ ਮਿਸ ਕਾਲ ਮਾਰੂੰ ਠੀਕ ਆ ਕੋਈ ਨਾ ਮੈਂ ਟੈਨਸ਼ਨ ਨਾ ਲੈ ਮੈਂ ਇਹਨੂੰ ਫੋਨ ਕਰ ਠੀਕ ਆ ਬੇਬੇ ਚੰਗਾ ਵਾ ਤਾਂ ਹੈਲੋ ਹਾਂ ਜੱਸੇ ਉਹ ਯਾਰ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਮੈਂ ਨਾ ਤੈਨੂੰ 10,000 ਰੁਪਇਆ ਹੋਰ ਦਿਨ ਬਾਰੇ ਸੋਚਦਾ ਸੀ ਵੀ ਤੂੰ ਵਧੀਆ ਰਿਸ਼ਤਾ ਕਰਾਉਣਾ ਚੱਲ ਵੀ ਤੇਰਾ ਹੋਰ ਮਾਣ ਤਾਣ ਕਰ ਦੇ ਤੂੰ ਮਾੜਾ ਘਰੇ ਆ ਤਾਂ ਇੱਥੇ ਇੱਕ ਸਲਾਹ ਲੈਣੀ ਸੀਗੀ ਅੱਛਾ ਚੱਲ ਠੀਕ ਆ ਫਿਰ ਆ ਜੀ ਚੰਗਾ ਓਕੇ ਬੇਬੇ ਉਹ ਕਹਿੰਦਾ ਵੀ ਮੈਂ ਆ ਜਾਂਦਾ ਹੁਣ ਤਾਂ ਆਪਣਾ ਕੰਮ ਹੀ ਬਣ ਹੀ ਜਾਊ ਚੱਲ ਫਿਰ ਬਸ ਹੁਣ ਤਾਂ ਕੋਈ ਡਰ ਜਾ ਲੱਗਦਾ ਓਏ ਨਹੀਂ ਨਹੀਂ ਕੋਈ ਨਾ ਡਰ ਨਹੀਂ ਮੈਂ ਹੈਗਾ ਤੇਰੇ ਨਾਲ ਜਾ ਯਾਰ ਮੈਂ ਪਾਣੀ ਪੀ ਗਿਆ ਬਾਈ ਪਾਣੀ ਪਿਆ ਸਤਿ ਸ੍ਰੀ ਅਕਾਲ ਓਕੇ ਮੈਂ ਫਿਰ ਵਧੀਆ ਹੋਰ ਤੂੰ ਤਾਂ ਬੜਾ ਵਧੀਆ ਬੰਦਾ ਯਾਰ ਕਿਵੇਂ ਓਏ ਓ ਹੋਰ ਤੂੰ ਤਾਂ ਐਵੇਂ ਨਹੀਂ ਸੋਚਿਆ ਵੀ ਅਸੀਂ ਗਰੀਬ ਬੰਦੇ ਆ ਤੇ ਤੂੰ ਸਾਡਾ ਰਿਸ਼ਤਾ ਕਰਾ ਗਿਆ ਯਾਰ ਤੁਹਾਨੂੰ ਕਿਹਨੇ ਦੱਸਤਾ ਓਹੋ ਤੂੰ ਵਧੀਆ ਰਿਸ਼ਤਾ ਕਰਾਇਆ ਯਾਰ ਤੂੰ ਕਦੇ ਮਾੜਾ ਬੰਦਾ ਨਿਕਲੀ ਨਹੀਂ ਅੱਛਾ ਚੱਲ ਹਾਂ ਲੈ ਆ ਚਾਣੀ ਚਾਹ ਪਾਣੀ ਲਿਆ ਲੈ ਬੇਬੇ ਲੈ ਆਉਣੀ ਆ ਲੈ ਬੇਬੇ ਹਾਂ ਲੈ ਆਉਣੀ ਆ ਤੇ ਤੂੰ ਐਡੀ ਠੱਗੀ ਮਰਵਾਈ ਆ ਸਾਡੇ ਨਾਲ ਹੀ ਮਰਵਾਉਣੀ ਸੀਗੀ ਕਿਹਦੇ ਨਾਲ ਸਾਡੇ ਆ ਜਾ ਭਾਈ ਆ ਗਿਆ ਉਹ ਆ ਜਾ ਖੇਤੀ ਦੇ ਨੇ ਆ ਜਾ ਕਰ ਪਹੁੰਚ ਗੋ ਆ ਜਾ ਓਏ ਮਾਰ ਮਾਰ ਕੇ ਦੂਰਾ ਕਰਤਾ ਓਏ ਭਰਾਵਾ ਆਏ ਓਏ ਕੀ ਓਏ ਮੈਂ ਛੁੰਛਣਾ ਫੜਨਾ ਓਏ ਪੈਸਿਆਂ ਦਾ ਜਿੰਨੇ ਕਮਾਏ ਸੀ ਮੈਨੂੰ ਲੱਗਦਾ ਉਹਨੇ ਉੱਤੇ ਲੱਗ ਜਾਣਗੇ ਹਾਏ ਓਏ ਜਾਣ ਹੀ ਕਰਤੀ ਓਏ ਆਏ ਓਏ ਇੱਦੂ ਮੁੜ ਕੇ ਨਹੀਂ ਕਦੇ ਵਿਆਹਾਂ ਵਾਲਾ ਚੰਗ ਪੰਗਾ ਲੈਂਦਾ ਭਰਾਵਾ ਮੈਂ ਦਾ ਮਰਨ ਕਰਤਾ ਭਰਾਵਾ ਇਹਨਾਂ ਨੇ ਮੇਰਾ ਆਏ ਓਏ ਭੱਜ ਲਓ ਭਰਾਵਾ ਹੁਣ ਨਹੀਂ ਬੇਬੇ ਦੇਖ ਲਓ ਜੇ ਮਨ ਮੰਨਦਾ ਤਾਂ ਯਾਰ 10,000 ਰੁਪਇਆ ਦੇ ਦਿਓ ਨੁਕਸਾਨ ਬਾਹਲਾ ਹੋਇਆ।
हाँ जी, सत श्री अकाल जी सारे नूं। साडी वीडियो तुहानूं किदां दी लगी, लाइक शेयर कमेंट करके जरूर दस्यो। तो भाई आ जिहड़ी वीडियो असीं बनाई आ इहदी सिख्या हैगी वी सानूं इहो जिहे काम करन तों डरना चाहीदा ते सानूं लोकां दे घर नहीं पटने चाहीदे। ਵੀ ਦੁਬਾਰੇ ਗਲਤੀ ਇਹੋ ਜਿਹੀ ਨਾ ਕਰੇ ਕੋਈ, ਵੀ ਭਾਈ ਇਹ ਮਾੜੀ ਗੱਲ ਹੈਗੀ, ਜੇ ਰਿਸ਼ਤਾ ਕਰਾਉਣਾ ਸਹੀ ਕਰਾਓ, ਨਹੀਂ ਠੱਗੀ ਨਾ ਮਾਰੋ ਕਿਸੇ ਨਾਲ।